पानी गर्म ना करा करो मौके ना मौके ना अज तड़के कितो चाह बनाई ना कहिंदी भाई सिलेंडर मुक गया मैं गल बस करता काम उही ते हुण पता नहीं ओह कापी नहीं लभदी पईगी सिलेंडर वाली लभ गई कि नहीं भुखे रहना पैना सारी दिहाड़ी लगता है ना मतलब रखूगी बी भुखे सारी दिहाड़ी ठीक है मेरे हिसाब ने मैं तो भुख भी बी बाली लग रात वाले चौल चूल नहीं पे फोन जे भज भुज गया गाइस मैं उन्होंने कर देना पला लेंदे नहीं भजदा किन्ना गंद पाया पा गाइस देखो साडा बागा बना किन्ना साफ सुथरा आही अपना मैं क्या पता नहीं केड़ा वा भाई कल भी समोसे खादे सी ते अज भी रोज समोसे खान गज गई भाई कुड़ी अज भाई सिलेंडर ही मुक्या वा सी रोटियां नहीं खादियां तड़के दियां हां सिलेंडर तो स्पेशल मैं कहना इंफॉर्मेशन आ रही है कि लंगर लगे अज लुधियाने में नहीं लगा वा अच्छा भाई अज लंगर जे लगा होया ही लंगर लंगर पाड़ के आवांगे ओ तेरी भैन नु आ तेरी गल्लत आ मैं तो उत्ते पैर रख सिलेंडर आ गया तक भाई आ गया कहंदे मेरे राज तेरा आ जी हो गया भाई खड़काउंदा जाउना दही यार पैर ना रोटियां तो भूखे साडे जवाक बैठे आ लीक लूक ता नहीं ओके रिपोर्ट आ जावा जम्मा हाय हाय बाली छेती मुक्या अब बीबी कापी दे यार कापी नहीं लभदी भाई बाली छेती मुक्या हां जी ਚੱਕੋ ਗਾਇਸ ਫਾਈਨਲੀ ਸਿਲੰਡਰ ਭਰਾ ਲਿਆ ਤੇ ਹੋਰ ਰੋਟੀਆਂ ਰੋਟੀਆਂ ਖਾਵਾਂਗੇ ਸਮੋਸੇ ਨਾਲ ਹੀ ਸਾਰੇ ਜਾਂਦੇ ਸੀ ਤੇ ਬਾਈ ਆ ਗਿਆ ਫਿਰ ਸਿਲੰਡਰ ਭਰਾ ਲਿਆ ਤੇ ਕਰੀ ਕੇ ਸਾਹਮਣੇ ਜੋ ਆ ਦੇਖ ਲਓ ਬੀਬੀ ਵੀ ਟਾਈਮ ਤੇ ਆਈ ਗਾਇਸ ਕਹਿਣ ਦਾ ਮਤਲਬ ਕਿ ਕਾਪੀ ਸਾਨੂੰ ਮਿਲ ਨਹੀਂ ਰਹੀ ਸੀ ਬਾਈ ਨੂੰ ਫੋਨ ਲਾਇਆ ਸੀਗਾ ਬਿੱਲੇ ਬਾਈ ਨੂੰ ਤੇ ਉਹ ਕਹਿੰਦਾ ਸੀਗਾ ਚਲੋ ਮੇਰੀ ਕਾਪੀ ਤੇ ਲੈ ਲਓ ਤੇ ਬੀਬੀ ਸਾਡੀ ਟਾਈਮ ਤੇ ਆ ਗਈ ਤੇ ਹੁਣ ਕਹਿਣ ਦਾ ਮਤਲਬ ਬੀਬੀ ਆਪਦੀ ਕਾਪੀ ਦੇਊਗੀ ਕੱਢ ਕੇ ਪਤਾ ਨਹੀਂ ਕਿਹੜੀ ਅਲਮਾਰੀ ਚ ਚਾਬੀਆਂ ਪਤਾ ਨਹੀਂ ਕਿੱਥੇ ਰੱਖੀਆਂ ਦੇਖੋ ਇੱਕ ਮਿੰਟ ਕਾਪੀ ਲੈ ਜੀ ਹੋ ਪਤਾ ਨਹੀਂ ਬਾਈ ਪਤਾ ਨਹੀਂ ਕਿੱਥੇ ਕਿੱਥੇ ਬਾਈ ਚਾਬੀਆਂ ਤੇ ਕਾਪੀਆਂ ਰੱਖੀਆਂ ਹੁੰਦੀਆਂ ਬੀਬੀ ਦੀਆਂ कापी कूपी नूं छड्ड कहिंदा कापी ते बाद चो देखांगे तत्ता कल गया भी तेरा यार फोटो तो सेंड कर देंगे वाली गल ये सोनी लदाई वाले बोलते हैं ओके ठीक है बात ठीक है चको गाइस हुन कहंदा मतलब हुन रोटियां पका ला आ 150 ही मोड़या उन्हें 950 ले लिया गाइस मेरे सामने 910 रुपया था यार अगे ना लीक करता सीगा यार मेरे सामने अद्धा गैस ता ही उड उड गया हुन देख पानी पूनी पा के देख गाइस लीक देखो अगे ना लीक करता सीगा अपना सिलेंडर ते महीना भी नहीं कढ़िया गा हुन ता नहीं करदी ना ਹੁਣ ਆਏ ਕਰ ਕੀ ਬਣਾਏਗੀ ਫਿਰ ਆਲੂ ਮਸ਼ਰੂਮ ਆਲੂ ਮਸ਼ਰੂਮ ਤੇ ਹੋਰ ਕੀ ਆ ਚੱਲ ਕੋਈ ਨਾ ਕੋਈ ਤਾਂ ਬਣਾਉਗੀ ਭੁੱਖ ਤਾਂ ਲੱਗੀ ਆ ਵੀਡੀਓ ਕਹਿੰਦੇ ਆਲੂ ਵਾਲੇ ਪਰੌਂਠੇ ਤਿਆਰ ਹੋ ਰਹੇ ਨੇ ਤੇ ਬੜੀਆਂ ਮੁਸ਼ਕਲਾਂ ਤੋਂ ਬਾਅਦ ਸਿਲੰਡਰ ਸਿਲੰਡਰ ਭਰਾਉਣ ਤੋਂ ਬਾਅਦ ਕਹਿੰਦੇ ਆਲੂ ਵਾਲੇ ਪਰੌਂਠੇ ਤਿਆਰ ਤੇ ਜਲਦੀ ਕਰੋ ਤੇ ਮੇਰੇ ਢਿੱਡ 'ਚ ਪਾਓ ਕਿਉਂਕਿ ਖੋ ਪਲੱਸ ਭੁੱਖ ਤੇ ਪਲੱਸ ਟੈਡ ਚ ਟਰ ਟਰ ਹੋਈ ਜਾਂਦਾ ਮਿੰਟ ਮਾਰ ਯਾਰ ਭਾਈ ਰੋਟੀਆਂ ਰੋਟੀਆਂ ਖਾ ਲੀਆਂ ਤੂੰ ਖਾ ਲਈ ਹਜੇ ਤਾਂ ਪਕਾਈ ਜਾਂਦੀ ਵਿਚਾਰੀ ਕਿੰਨੀਆਂ ਕਰ ਰਹਿ ਗਏ ਰੋਟੀਆਂ ਸਵਾਦ ਸੀ ਆ ਵਿੱਚ ਨਾਉਣ ਲੱਗੀ ਆ ਵੇਖ ਲਓ ਮੈਂ ਰੋਜ਼ ਨਾਉਣੀ ਆ ਅੱਜ ਮੀਂਹ ਦੇ ਵਿੱਚ ਨਾਉਣੀ ਹਾਂ ਰੋਜ਼ ਨਹੀਂ ਬਾਈ ਘੱਟੋ ਘੱਟ ਇਹ 4-5 ਦਿਨਾਂ ਬਾਅਦ ਨਾਉਣ ਲੱਗੀ ਚਲ ਬਾਲਾ ਤਾਂ ਨਹੀਂ ਕਹਿੰਦੇ ਇੰਨੀ ਬੇਇੱਜ਼ਤੀ ਹੋ ਜੂਗੀ ਇਹਦੀ ਮੈਂ ਤੈਨੂੰ ਪਛਾਣਦਾ ਇਹ ਹੈਪੀ ਵੀ ਘੱਟੋ ਘੱਟ 4 ਦਿਨ ਹੋ ਗਏ ਨਾਤਾ ਨਹੀਂਗਾ ਤੇ ਬਿਨਾ ਬਰਚ ਕੀਤੇ ਰੋਟੀਆਂ ਕੋਹ ਕਿੰਨੀ ਰਫਲੀ ਹੈ ਠੀਕ ਹੈ ਆ ਵਧੀਆ ਬਾਈ ਤੂੰ ਦੱਸ ਕਿਵੇਂ ਆ ਹੋਰ ਫਿਰ ਦੂਜੇ ਬੰਦੇ ਕਿੱਧਰ ਗਏ ਬਾਈ ਛੁੱਟੀ ਮਾਰ ਗਏ ਹੈ ਮੀਂਹ ਕਰਕੇ
ਗਾਈਸ ਠੰਡ ਹੋ ਗਈ ਵੇਖ ਲਓ ਬੈਲ ਬੁਲਦਾ ਬਾਈ ਨੂੰ ਕੋਈ ਚੱਕਰ ਨਹੀਂ ਬਾਈ ਕਹਿੰਦਾ ਠੰਡ ਨਹੀਂ ਬਣਦੇ ਮੰਨਣੇ ਚਾਹੀਦੇ ਊਂ ਤਾਂ ਮੀਟਰ ਵੇਖ ਲਾ ਹਨਾ ਬਈ ਬੱਤੀ ਜੀ ਕਵੇਂ ਕਰੀ ਜਾਂਦਾ ਭੈਣ ਦਿਲ ਨੂੰ ਕੁਛ ਹੋਰ ਜਾ ਹੁੰਦਾ ਮੀਟਰ ਨਹੀਂ ਨੂੰ ਵੇਖ ਕੇ ਨਾ ਕਹਿੰਦੇ ਗਾਈਸ ਠੰਡ ਹੋ ਗਈ ਬਹੁਤ ਤੇ ਆਪਾਂ ਆਈਫੋਨ ਦੇ ਨਾ ਉਹ ਲਵਾਉਣ ਆਏ ਸੀ ਕੀ ਕਹਿੰਦੇ ਜਿਹੜੇ ਸ਼ੀਸ਼ੇ ਤੇ ਨਹੀਂ ਲਾਉਂਦੇ ਹੁੰਦੇ ਜਿਹਦੇ ਨਾਲ ਘੈਂਟ ਜਿਹਾ ਲੱਗਦਾ ਕਹਿੰਦੇ ਵੱਡਾ ਜਿਹਾ ਲੱਗਦਾ ਹਨਾ ਤੇ ਰਿੰਗਾਂ ਆਈਆਂ ਉਹ ਹੀ ਕਹਿੰਦਾ ਮਤਲਬ ਲੈਂਸ ਤੇ ਰਿੰਗ ਲਵਾਉਣ ਆਏ ਸੀਗੇ ਆਪਣੇ ਕੋਲ ਦੂਜਾ ਵੀ ਆਈਫੋਨ ਹੈਗਾ ਨਾ ਬਾਈ ਕੋਲ ਤੇਰਾ ਤੇ ਮੈਂ ਕਿਹਾ ਚਲੋ ਚੱਲਦੇ ਹਾਂ ਮੈਂ ਵੀ ਚੱਲ ਵੜਦਾ ਵਾਂ ਜੇ ਪਸੰਦ ਆਇਆ ਤਾਂ ਆਪਾਂ ਵੀ ਲਵਾ ਲਾਂਗੇ ਹਨਾ ਤੇ ਬਾਕੀ ਦੇਖਦੇ ਹਾਂ ਚੰਗਾ ਲੱਗਾ ਆਪ ਮੈਂ ਵੀ ਲਵਾ ਲੂੰ ਜੇ ਵਧੀਆ ਲੱਗਾ ਤਾਂ ਬਾਈ ਯਾਰ ਕਿਹੜਾ ਕਲਰ ਆ ਵਾਹ ਹੀ ਵਾਈਟ ਵਾਈਟ ਹੀ ਆ ਦੋਨਾਂ ਕੋਲੇ ਆ ਹੈ ਆਹੀ ਲਾ ਲੂ ਮੈਂ ਥੋੜੀ ਫੈਵੀਕਵਿਕ ਪਾ ਲੂੰਗਾ ਇਹਦੇ ਚ ਪੰਜ ਪੰਜ ਰੁਪਈਆਂ ਦਾ ਸਰ ਜਾਣਾ ਭੈਣ ਚ ਆ ਜਿਹੜਾ ਜਮਾ ਨਹੀਂ ਨਹੀਂ ਆਹ ਕਿਹੜਾ 13 ਦਾ ਵੀ ਹੋਊ ਇਹਦੇ ਨਾਲ ਦਾ ਮੇਰਾ ਪ੍ਰੋ ਮੈਕਸ ਦੇ ਆ ਅੱਛਾ ਤੇਰਾ ਕੱਲੇ 13 ਪ੍ਰੋ ਦੇ ਆ ਤੇ ਅਜੇ ਲੈਣੇ ਕੱਲੇ 13 ਵਾਲਾ ਹੈ ਨਹੀਂ 13 ਕੱਲੇ 13 ਆ ਹੋਰ ਮੇਰੇ ਕੋਲ ਤਾਂ ਕੱਲਾ 13 ਜਿਹਾ ਹੀ ਆ ਯਾਰ ਤੇਰਾ ਪ੍ਰੋ ਯਾਰ ਪੈਸੇ ਮੁੱਕ ਗਏ ਇਹ ਕਾਲ ਲੈ ਲਈ ਗਾਇਸ ਚੀਜ਼ ਆਪਾਂ ਚਾਰਜਰ ਕਰਨ ਨੂੰ ਕਵੀ ਛੂਟ ਛਾਟ ਤੇ ਜਾਂਦੇ ਆ ਨਾ ਲਾ ਲਿਆ ਕਰਾਂਗੇ ਹਨਾ ਵਾਚ ਵੀ 7 ਲੈ ਲਈ ਆ 7 ਸੀਰੀਜ਼ ਆ 3rd ਸੀਰੀਜ਼ ਪਈ ਆ ਬਾਈ ਕੋਲ ਨਾ ਵੀ ਲੈਣੇ ਆ ਇਹਦੇ ਜੀ ਉਹਨਾਂ ਦਾ ਕੀ ਫਰਕ ਆ ਵੀ ਕਿੰਨਾ ਦਾ ਸਾਰਾ ਕੁਝ ਸੇਮ ਹੀ ਆ ਬਈ ਯਾਰ ਅੱਜ ਨਾ ਸਵੇਰ ਦਾ ਹੀ ਮੀਂਹ ਪਈ ਜਾਂਦਾ ਤੇ ਸਾਲੀ ਠੰਡ ਵੀ ਬਹੁਤ ਹੋਈ ਵੇ ਤੁਸੀਂ ਵੀ ਕਹੋਗੇ ਲੋਈ ਲੋਈ ਲਈ ਫਿਰਦਾ ਦੇਸੀ ਆ ਬਣਿਆ ਫਿਰਦਾ ਤੇ ਦੇਸੀ ਕੀ ਆਪਾਂ ਹੈ ਹੀ ਦੇਸੀ ਭਰਾਵਾ ਤੇ ਠੰਡ ਇੱਕ ਯਾਰ ਬੋਲੀ ਤੇ ਤੜਕੇ ਦਾ ਮੀਂਹ ਪਈ ਜਾਂਦਾ ਭੈਣਾ ਅੱਜ ਤਾਂ ਦੁਖੀ ਕੀਤੇ ਪਏ ਆ ਤੇ ਉਹ ਸਕੂਟਰੀ ਵਾਲਾ ਭਾਈ ਐਂ ਵੇਖਦਾ ਭੈਣ ਜੀ ਇਹ ਕੀ ਹਿਸਾਬ ਕਿਤਾਬ ਆ ਇਹ ਜੇ ਗੱਲ ਜੀ ਕਰੀ ਜਾਂਦਾ ਤੇ ਹੁਣ ਮੈਂ ਕਿਹਾ ਚੱਲ ਮੌਸਮ ਵੀ ਠੰਡਾ ਅੱਜ ਚਿਕਨ ਚੁਕਨ ਬਣਾ ਲਿਆ ਜਾਏ ਤੇ ਚੱਲਦੇ ਫਿਰ ਚਿਕਨ ਲੈ ਕੇ ਆਉਂਦੇ ਹਾਂ ਯਾਰ ਤੇ ਠੰਡ ਬਹੁਤ ਆ ਬਾਬਿਓ ਅੱਜ ਅੱਜ ਹੀ ਠੰਡ ਲੱਗੀ ਆ ਕਹਿੰਦਾ ਮਤਲਬ ਕਿਉਂਕਿ ਠੰਡ ਇੰਨੀ ਠੰਡ ਨਹੀਂ ਹੁੰਦੀ ਅੱਜ ਥੋੜ੍ਹੀ ਜ਼ਿਆਦਾ ਠੰਡ ਲੱਗ ਰਹੀ ਹੈ ਪਤਾ ਨਹੀਂ ਕਾਹਤੋਂ ਗਾਈਸ ਬਾਜ਼ਾਰ ਜੇ ਜਾ ਗਏ ਸੀਗੇ ਤੇ ਭੈਣ ਨੇ ਲੋਈ ਸਾਰੀ ਗਿੱਲੀ ਹੋ ਗਈ ਭੈਣ ਜੋ ਬੱਸ ਮੈਨੂੰ ਲੱਗਾ ਉੱਤੇ ਚੜਾ ਦੀ ਲੋਈ ਸਾਰੀ ਗਿੱਲੀ ਹੋ ਗਈ ਭਰਾਵਾ ਆਹ ਦੇਖ ਲਓ ਤੇ ਬਾਕੀ ਹੁਣ ਚੱਲਦੇ ਹਾਂ ਦੇਖਦੇ ਹਾਂ ਕਿ ਹੁਣ ਮੇਰੇ ਹਿਸਾਬ ਨਾਲ ਨਾ ਅੱਜ ਹੈਗੇ ਆ ਕਹਿੰਦਾ ਮਤਲਬ ਠੰਡਾ ਆ ਮੌਸਮ ਤੇ ਅੱਜ ਉਹ ਵੀ ਰੇਟ ਰੂਟ ਕਿੱਧਰ ਠੰਡ ਪੈਂਦੀ ਆ ਕਿੱਦਣ ਇਹਨਾਂ ਦਾ ਵਾਅਦਾ ਵਿਕਣ ਲੱਗ ਜਾਂਦਾ ਉੱਦਣ ਰੇਟ ਵਧਾ ਦਿੰਦੇ ਆ ਤੇ ਬਾਕੀ ਲੋਕ ਆਏ ਕਹਿੰਦਾ ਜਾਗ ਦਿੰਦੇ ਵਲੌਗਰ ਬੰਨੀ ਭਰਾਵਾ ਲੋਕ ਜਾ ਦੇਖਣੇ ਕੀ ਕਰੀ ਜਾਂਦਾ ਤੇ ਲੈਣੀ ਆਪਣਾ ਯਾਰ ਬੀਤ ਗਈ ਆ ਉਹ ਤੋਂ ਚੱਕੂਗਾ ਇਸ ਚਿਕਨ ਤਾਂ ਲੈ ਲਿਆ ਅਤੇ ਬਾਕੀ ਹਜੇ ਘਰ ਦੇ ਕਹਿੰਦੇ ਅਸੀਂ ਹੋਰ ਵੀ ਸਮਾਨ ਲਿਆਉਣਾ ਟਮਾਟਰ ਟਮੂਟਰ ਗੰਢਾ ਗੁੰਡਾ ਅਦਰਕ ਉਦਰਕ ਉਹ ਵੀ ਆਪਾਂ ਦੇਖਦੇ ਜੇ ਆਪਾਂ ਨੂੰ ਬੰਦਾ ਮਿਲ ਗਿਆ ਤਾਂ ਲੈ ਲਾਂਗੇ ਨਹੀਂ ਫਿਰ ਆਪਾਂ ਆਈ ਘਰੇ ਜਾਵੜਾਂਗੇ ਕਿਉਂਕਿ ਮੀਂਹ ਪਈ ਜਾਂਦਾ ਅੱਗੇ ਭਿੱਜੇ ਪਏ ਆ ਕਿਉਂਕਿ ਰੇੜੀ ਰੂੜੀ ਵਾਲਾ ਬਾਹਰ ਹੋਣਾ ਵੀ ਨੀਗਾ ਹੈ ਨਾ ਅਤੇ ਬਾਕੀ ਆਪਾਂ ਦੇਖਦੇ ਜੇ ਮਿਲ ਗਿਆ ਠੀਕ ਆ ਤਾਂ ਨਹੀਂ ਚੱਲਦੇ ਦੇਖੋ ਮੌਸਮ ਮੌਸਮ ਤਾਂ ਯਾਰ ਭੈਣਾ ਮੀਂਹ ਵੇਖੋ ਪੂਰਾ ਚੱਲ ਰਿਹਾ ਮੌਸਮ ਹੋਇਆ ਪਿਆ ਕੋਈ ਰੇੜੀ ਮੈਨੂੰ ਦੇਖ ਨਹੀਂ ਰਹੀਗੀ ਮੇਰੇ ਹਿਸਾਬ ਨਾਲ ਆਪਾਂ ਨੂੰ ਆਈ ਜਾਣਾ ਪੈਣਾ ਮੋਟਰਸਾਈਕਲ ਲੈ ਕੇ ਬਾਅਦ 'ਚੋਂ ਆ ਜਾਵਾਂਗੇ ਜਾਂ ਇੱਕ ਦੋ ਟਮਾਟਰ ਤਾਂ ਘਰੇ ਪਏ ਹੋਣਗੇ ਟਮਾਟਰ ਕਹਿੰਦੇ ਹੀ ਲੈ ਕੇ ਆਉਣੇ ਆ ਚਲਾ ਦੇ ਫਿਰ ਕੀ ਲਿਖਿਆ ਨਹੀਂ ਜਿਹੜਾ ਕੋਈ ਭਰਿਆ ਲਿਖਿਆ ਕੀ ਗਿਆ ਇਹ ਹਾਕੜੋ ਮੈਂ ਜਾਗੜੋ ਬਾਈ ਗੁਰੂ ਜਮਾ ਘੁਸਾ ਬੰਦਾ ਨਾ ਤੂੰ ਇਹ ਭੈਣ ਚੋਂ ਸੌਂਦਾ ਹੀ ਨੀ ਗਾ ਕਹਿੰਦਾ ਹਾਂ ਨਾਲ ਨੱਚ ਵੀ ਡੀਜੇ ਵਾਲੇ ਨੱਚਦੇ ਵੀ ਹੁੰਦੇ ਆ ਬੇਬੀ ਉੱਠ ਬਾਈ ਅਮਰ ਰੋਟੀ
पक गई कि नहीं? चल फिर पा यार, भुख लगी पई है। चलो चल गाइस फिर रोटियां पका के देखो सौंगी दस। तू रोटियां पका के लिया खाई गई है? अरे क्यों नहीं उन्हें फोन बंद किया, गेम खेडी जाती थी कैंडी क्रच। चल यार रोटियां पा ते गाइस फिर खा के रोटियां रोटियां आप मुड़ के की कहते होंगे सौ जाना ना, क्योंकि अज मीह पई है सारी दिहाड़ी हजे भी पई जाता। देख तुम दिखाव दिसदा वा, शायद नहीं दिख रहा, आवाज तो आ रही है। चलो आई जान दो, नहीं मूं कोई चक्कर नहीं, आप अंदर सो जाना। चार तक कुकर चार तक ने मेरी वीडियो लाल लाल तरी हुई पई है। ए हुण गरम कर लटका के चार चूर भी ले आई मैं हाथ धो के आना। चिकन ना चार मैं, हम खाते हैं चिकन के साथ अचार। तक्के जे ना मार, तक्के को मार दी, तक्के को मार दी। चलो चलो ठीक है गाइस, आज दी वीडियो थोनू वधिया लगी लाइक शेयर एंड सब्सक्राइब जरूर कर दियो, ते बेल आइकन भी दबा लियो। चल यार नोटिफिकेशन आ जा करूगा है ना। चलो ठीक है, बाय बाय।